ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਆ ਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਲੋਕ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ, ਆਖਿਆ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ। ਬਟਾਲਾ ਵਿਖੇ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਂਸਦ ਗੁਰਜੀਤ ਸਿੰਘ ਔਜਲਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਕੌਂਸਲਰ ਵਿਕਾਸ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਚੇਅਰਪਰਸਨ ਮਮਤਾ ਦੱਤਾ, ਜ਼ਿਲ੍ਹਾ ਕਾਂਗਰਸ ਦੇ ਹਾਥੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਕਈ ਨੇਤਾ ਉਹਨਾਂ ਦੇ ਨਾਲ ਸਨ। ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਉਤਸ਼ਾਹ ਨਾਲ ਮਨਾਇਆ ਜਾਏਗਾ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਹੈ। ਉਹਨਾਂ ਆਖਿਆ ਕਿ ਲੋਹੜੀ ਦੇ ਮੌਕੇ 'ਤੇ ਪੰਜਾਬ ਦੇ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਤੰਗਬਾਜ਼ੀ ਕਰਨ ਵੇਲੇ ਸਿਰਫ਼ ਧਾਗੇ ਦੀ ਬਣੀ ਹੋਈ ਰਿਵਾਇਤੀ ਡੋਰ ਨਾਲ ਹੀ ਪਤੰਗਬਾਜ਼ੀ ਕਰਨ ਅਤੇ ਖਤਰਨਾਕ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ, ਕਿਉਂਕਿ ਚਾਈਨਾ ਡੋਰ ਜਾਨਲੇਵਾ ਹੈ। ਡਿਪਟੀ ਕਮਿਸ਼ਨਰ ਨੇ ਹਿਦਾਇਤ ਕੀਤੀ ਕਿ ਚਾਈਨਾ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਖਿਲਾਫ਼ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਲੋਹੜੀ ਦਾ ਸਾਡਾ ਪੰਜਾਬੀਆਂ ਦਾ ਬੜਾ ਹੀ ਖੁਸ਼ਨੁਮਾ ਤਿਉਹਾਰ, ਅਸੀਂ ਸਾਰੇ ਰਲ ਮਿਲ ਕੇ ਮਨਾਉਂਦੇ ਹਾਂ ਹਰ ਸਾਲ। ਉਸ ਲੋਹੜੀ ਦੇ ਤਿਉਹਾਰ 'ਤੇ ਅੰਮ੍ਰਿਤਸਰ ਦੇ ਸਾਰੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਲੱਖ ਲੱਖ ਵਧਾਈਆਂ। ਪਰਮਾਤਮਾ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ, ਤੁਹਾਡੇ ਸਾਰਿਆਂ ਦੇ ਜੀਵਨਾਂ ਵਿੱਚ ਬਹੁਤ ਖੁਸ਼ੀਆਂ ਲੈ ਕੇ ਆਵੇ। ਇਸ ਲੋਹੜੀ ਨੂੰ ਅਸੀਂ ਖੁਸ਼ੀ ਨਾਲ ਮਨਾਈਏ। ਇਹਦੇ ਨਾਲ ਹੀ ਪਤੰਗਬਾਜ਼ੀ, ਜੋ ਕਿ ਸਾਡੇ ਪੰਜਾਬੀਆਂ ਦਾ ਬਹੁਤ ਸ਼ੌਂਕ ਵੀ ਹੈ, ਆਪਸ 'ਚ ਇਹਦੇ ਅਸੀਂ ਮੁਕਾਬਲੇ ਵੀ ਲਾਉਂਦੇ ਹਾਂ, ਅਤੇ ਇਹਦੇ ਨਾਲ ਅਸੀਂ ਪੂਰੇ ਅਸਮਾਨ ਨੂੰ ਰੰਗੋ ਰੰਗ ਕਰ ਦਿੰਦੇ ਹਾਂ। ਇਹਦੇ ਵਿੱਚ ਚਾਈਨਾ ਡੋਰ ਜੋ ਹੈਗੀ ਹੈ, ਇੱਕ ਬਹੁਤ ਵੱਡੇ ਕੁਪੋਸ਼ਣ ਦੀ ਤਰ੍ਹਾਂ ਲਾ ਲਈਏ, ਕੁਰੀਤੀ ਦੀ ਤਰ੍ਹਾਂ ਲਾ ਲਈਏ, ਨਿਕਲ ਕੇ ਆਈ ਹੈ। ਇਹ ਚਾਈਨਾ ਡੋਰ ਸਾਨੂੰ ਹੋ ਸਕਦਾ ਹੈ ਪਤੰਗਬਾਜ਼ੀ ਵਿੱਚ ਮੂਮੈਂਟੇਰਲੀ ਤਾਂ ਸਾਡੀ ਜਿੱਤ ਕਰਵਾ ਦੇ, ਪਰ ਇਹਦੇ ਕਾਰਨ ਨਾ ਕੇਵਲ ਪੰਛੀ ਪਰ ਕਿ ਬਹੁਤ ਸਾਰੇ ਜਿਹੜੇ ਘਰਾਂ ਦੇ ਜੀਵ ਵੀ ਇਹਨੂੰ ਇਹਦਾ ਖਾਮਿਆਜ਼ਾ ਭੁਗਤ ਰਹੇ ਹੈ। ਇਹਦੇ ਕਰਕੇ ਮੌਤਾਂ ਹੋ ਰਹੀਆਂ, ਇਹਦੇ ਕਰਕੇ ਲੋਕ ਚੋਟਲ ਹੋ ਰਹੇ ਨੇ, ਅਤੇ ਸਾਨੂੰ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜ਼ਰੂਰ ਸਮਝਣਾ ਚਾਹੀਦਾ ਕਿ ਇਹ ਇੱਕ ਇਲੀਗਲ ਚੀਜ਼ ਹੈ ਜਿਹਨੂੰ ਅਸੀਂ ਵਰਤ ਰਹੇ ਹਾਂ। ਤੁਸੀਂ ਆਪਣੇ ਜਿਹੜੇ ਰਵਾਇਤੀ ਡੋਰਾਂ ਹੈਗੀਆਂ ਉਹਨਾਂ ਦੀ ਵਰਤੋਂ ਕਰੋ ਪਤੰਗਬਾਜ਼ੀ ਵਿੱਚ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈਗਾ, ਅਸੀਂ ਇੱਕ ਪਤੰਗਬਾਜ਼ੀ ਕੰਪੀਟੀਸ਼ਨ ਕਰਾਉਣ ਜਾ ਰਹੇ ਹਾਂ ਜਿਹਦੇ ਵਿੱਚ ਰਵਾਇਤੀ ਡੋਰਾਂ ਦੀ ਵਰਤੋਂ ਕਰਕੇ ਸੁਨੇਹਾ ਤੁਹਾਨੂੰ ਦੇਣ ਜਾ ਰਹੇ ਹਾਂ। ਇਸ ਦੇ ਨਾਲ ਹੀ ਜਿਹੜੇ ਵੀ ਚਾਈਨਾ ਡੋਰ ਦੇ ਸਪਲਾਇਰ ਹੈ, ਜਿਹੜੇ ਵੀ ਉਹਦੇ ਸੈਲਰ ਹੈ, ਛੋਟੇ ਦੁਕਾਨਦਾਰ ਵੀਰ ਜਿਹੜੇ ਇਹਨੂੰ ਵੇਚ ਕੇ ਸੋਚਦੇ ਹਾਂ ਵੀ ਪਤਾ ਇਸ ਬਸੰਤ ਦੇ ਮੌਸਮ ਵਿੱਚ ਅਸੀਂ 4 ਪੈਸੇ ਕਮਾ ਲਈਏ,
ਤੁਹਾਨੂੰ ਸਾਰਿਆਂ ਨੂੰ ਵੀ ਮੈਂ ਸੁਨੇਹਾ ਦੇਣਾ ਚਾਹੁੰਦਾ ਵੀ ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ, ਬਹੁਤ ਘਾਣ ਹੋ ਰਿਹਾ। ਸਕੂਟਰ 'ਤੇ ਸਾਈਕਲ 'ਤੇ ਜਾਂਦੇ ਲੋਕਾਂ ਦਾ ਗਰਦਨਾਂ ਕੱਟ ਜਾਂਦੀਆਂ ਹੈਗੀਆਂ, ਟਾਂਕੇ ਵੀ ਨਹੀਂ ਲੱਗਦੇ। ਡਾਕਟਰਾਂ ਦੇ ਦੱਸਣ ਮੁਤਾਬਕ ਜਿੱਥੇ ਚਾਈਨਾ ਡੋਰ ਦਾ ਕੱਟ ਲੱਗ ਜੇ ਉਹ ਛੇਤੀ ਛੇਤੀ ਹੀਲ ਨਹੀਂ ਹੁੰਦਾ, ਉੱਥੇ ਖੂਨ ਨਹੀਂ ਰੁਕਦਾ ਵਗਣ ਤੋਂ। ਸੋ ਬਹੁਤ ਇਹਦਾ ਨੁਕਸਾਨ ਹੋ ਰਿਹਾ। ਕਿਸੇ ਦੇ ਘਰ ਦੇ ਜੀ ਦੀ ਜਾਨ ਤੁਹਾਡੀ 5 ਮਿੰਟ ਦੀ ਪਤੰਗਬਾਜ਼ੀ ਦੀ ਜਿੱਤ ਤੋਂ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਚਾਈਨਾ ਡੋਰ ਨੂੰ ਨਾ ਕਹੋ, ਰਵਾਇਤੀ ਡੋਰ ਦੇ ਨਾਲ ਹੀ ਤੁਸੀਂ ਇਸ ਲੋਹੜੀ ਦੇ ਤਿਉਹਾਰ 'ਤੇ ਧੁੰਮਾਂ ਨਾਲ ਪਤੰਗਬਾਜ਼ੀ ਕਰੋ। ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ 13 ਜਨਵਰੀ ਵਾਲੇ ਦਿਨ ਲੋਕ ਵੱਡੀ ਗਿਣਤੀ 'ਚ ਪਤੰਗਬਾਜ਼ੀ ਕਰਦੇ ਨੇ। ਔਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਹਰਪ੍ਰੀਤ ਸਿੰਘ ਸੂਦਨ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਕਰਨ ਲੱਗਿਆ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਖਤਰਨਾਕ ਅਤੇ ਘਾਤਕ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਲੋਹੜੀ 'ਤੇ ਖੁਸ਼ੀ ਮਨਾਉਂਦੇ ਪਤੰਗਬਾਜ਼ੀ ਜ਼ਰੂਰ ਕਰਨ, ਪਰ ਰਿਵਾਇਤੀ ਧਾਗੇ ਵਾਲੀ ਡੋਰ ਦੇ ਨਾਲ ਹੀ ਕਰਨ ਤਾਂ ਕਿ ਇਸ ਨਾਲ ਕਿਸੇ ਨੂੰ ਨੁਕਸਾਨ ਨਾ ਹੋਵੇ। ਉਹਨਾਂ ਦਾ ਇਹ ਵੀ ਆਖਣਾ ਕਿ ਚਾਈਨਾ ਡੋਰ ਵੇਚਣ ਵਾਲੇ ਅਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ਼ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੜੀ ਕਾਰਵਾਈ ਕੀਤੀ ਜਾਵੇਗੀ। ਕੈਮਰਾਮੈਨ ਰਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦ 3 ਬੱਚਿਆਂ ਦੀ ਮਾਂ ਨਾਲ ਸੰਬੰਧ ਤੌਰ 'ਤੇ ਕਿਰਾਏ 'ਤੇ ਰਹਿ ਰਹੇ 22 ਸਾਲਾਂ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਨੌਜਵਾਨ ਦੀ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਵਿੱਚ ਕੀੜੇ ਪੈ ਚੁੱਕੇ ਸਨ, ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਲਾਸ਼ 10 ਤੋਂ 15 ਦਿਨ ਪੁਰਾਣੀ ਹੋ ਚੁੱਕੀ ਸੀ। ਮਹਿਲਾ ਫਰਾਰ ਦੱਸੀ ਜਾ ਰਹੀ ਹੈ। ਇੱਥੇ ਜ਼ਿਕਰ ਹੋ ਗਿਆ ਕਿ ਮ੍ਰਿਤਕ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੁੰਬੀਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। SHO ਕੁਲਵੰਤ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੱਲ ਇੱਦਾਂ ਹੈ ਕਿ ਮੇਰਾ ਇਹ ਭਰਾ ਵਾ ਛੋਟਾ, ਮੈਂ ਤੋਂ ਵੱਡਾ, ਮੈਂ ਬਾਹਰ ਰਹਿੰਦਾ ਦੁਬਈ, ਅਤੇ ਮੈਂ ਛੁੱਟੀ ਕੱਟਣ ਆਇਆ ਅਤੇ ਮੈਨੂੰ ਪਹਿਲਾਂ 1 ਮਹੀਨਾ ਪਹਿਲਾਂ ਇਹ ਮਿਲਿਆ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਨੂੰ ਮਿਲਿਆ 1 ਮਹੀਨਾ ਪਹਿਲਾਂ। ਅੱਜ ਜਿਹੜੀ ਜਨਾਨੀ ਨਾਲ ਇਹ ਰਹਿੰਦਾ ਵਾ, ਉਹ ਜਨਾਨੀ ਦਾ ਫੋਨ ਆਇਆ, ਉਹ ਵੀ ਮੇਰੇ ਛੋਟੇ ਬ੍ਰਦਰ ਨੂੰ ਆਇਆ। ਉਸ ਤੋਂ ਬਾਅਦ ਜੀ ਸਾਨੂੰ ਥੋੜ੍ਹਾ ਜਿਹਾ ਸ਼ੱਕ ਹੋਇਆ, ਉਹ ਕਹਿੰਦੇ ਮੇਰੇ ਨਾਲ ਲੜ ਕੇ ਗਿਆ। ਉਸ ਤੋਂ ਬਾਅਦ ਸਾਨੂੰ ਥੋੜ੍ਹਾ ਜਿਹਾ ਸ਼ੱਕ ਹੋਇਆ, ਮੈਂ ਅਤੇ ਦੋਵੇਂ, ਅਸੀਂ ਛੋਟਾ ਅਤੇ ਮੈਂ, ਆਪਾਂ ਇਹਨੂੰ ਉਸੇ ਵੇਲੇ ਲੱਭਣਾ ਸ਼ੁਰੂ ਕਰਤਾ, ਠੀਕ ਹੈ। ਜਿੱਥੇ ਇਹ ਕਿਰਾਏ 'ਤੇ ਰਹਿੰਦਾ ਸੀ ਗੁਰੂ ਨਾਨਕ ਨਗਰ, ਉਸ ਤੋਂ ਬਾਅਦ ਅਸੀਂ ਉੱਥੇ ਰੂਮ 'ਚ ਆ ਕੇ ਦੇਖਿਆ ਅਤੇ ਡੋਰ ਬੰਦ ਸੀਗਾ, ਅੰਦਰਲਾ ਸਾਰੇ ਚੈੱਕ ਕੀਤੇ, ਡੋਰ ਸਾਰੇ ਬੰਦ ਸੀਗੇ, ਠੀਕ ਹੈ ਜੀ। ਫਿਰ ਸਾਨੂੰ ਇੱਕ ਸ਼ੀਸ਼ੇ ਦੇ ਵਿੱਚੋਂ ਦੀ ਅਸੀਂ ਇਹਨੂੰ ਦੇਖਿਆ, ਅੰਦਰ ਲੰਮੇ ਡੈੱਡ ਬੋਡੀ ਪਈ ਸੀਗੀ ਉਹਦੀ। ਆਹ ਫੋਨ ਆਇਆ ਇੱਕ ਘਰ ਹੈ, ਇੱਕ ਆਪਣੇ ਗੁਰੂ ਨਾਨਕ ਕਲੋਨੀ 'ਚ ਇੱਕ ਡੈੱਡ ਬੋਡੀ ਪਈ ਹੈ, ਉੱਥੇ ਆਏ ਹੈ ਅਤੇ ਮੁੰਡਾ ਹੈ ਸੰਨੀ, ਸਾਨੂੰ ਨਿੰਦਰਪਾਲ ਵਾਸੀ ਦੇ ਉਹਦੇ ਲੱਗਦਾ ਆਏ ਹਾਂ ਕਿ ਕਾਫੀ ਪੁਰਾਣੀ, ਜਿੱਦਾਂ 10-15 ਦਿਨ ਦੀ ਕੋਈ ਬੋਡੀ ਹੈ, ਅਤੇ ਫਿਲਹਾਲ ਅਸੀਂ ਉਹਨੂੰ ਭੇਜ ਦਿੱਤਾ ਸਿਵਲ ਹਸਪਤਾਲ। ਬਾਕੀ ਜੋ ਉਹਨਾਂ ਨੇ ਸਟੇਟਮੈਂਟ ਹੋਣਗੇ ਜਾਂ ਪੋਸਟਮਾਰਟਮ ਤੋਂ ਬਾਅਦ ਜੋ ਹਾਲਾਤ ਹੋਣਗੇ ਉਸ ਨਾਲ ਕਾਰਵਾਈ ਕਰਾਂਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਦੇ ਨਾਲ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਵੀ ਹੈ ਅਤੇ ਇਸੇ ਹੀ ਲੜੀ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨੇਚਰ ਨੇ ਸ਼ਹੀਦ ਗੁਰਮੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਲੜਕੀਆਂ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਇਸ ਮੌਕੇ ਸਕੂਲ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ। ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸਮੂਹ ਸਟਾਫ ਦੀ ਤਾਰੀਫ ਕਰਦਿਆਂ ਹੋਇਆਂ ਵੱਖ ਵੱਖ ਉਪਲਬਧੀਆਂ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ, ਕੋਆਰਡੀਨੇਟਰ ਨਰਿੰਦਰ ਕੌਰ ਸਮੇਤ ਸਟਾਫ ਮੈਂਬਰਸ ਅਤੇ ਵਿਦਿਆਰਥੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ
ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਤਰਜੀਹ ਦੇ ਰਹੀ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਤਾਂ ਜੋ ਸਕੂਲਾਂ ਨੂੰ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਦਾ ਦੌਰਾ ਕਰਨ ਉਪਰੰਤ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। 31 ਦਸੰਬਰ ਦੀ ਰਾਤ ਸੜਕ ਹਾਦਸੇ ਵਿੱਚ ਮਾਰੇ ਗਏ 4 ਲੋਕਾਂ ਦੀ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਭਾਰਤੀ ਜਨਤਾ ਪਾਰਟੀ ਦੇ ਨੇਤਾ ਡਾਕਟਰ ਸੁਸ਼ੀਲ ਦੇਵਗਨ, ਗੁਰਸ਼ਰਨ ਸਿੰਘ ਗੋਲਡੀ, ਸੋਨੂ ਅਵਸਥੀ, ਕਿਰਨਪ੍ਰੀਤ ਸਿੰਘ ਕੈਮੀ, ਸਕੱਤਰ ਸਿੰਘ ਮੁਹਾਵਾ ਸਮੇਤ ਕਈ ਲੋਕ ਮੌਜੂਦ ਸਨ ਅਤੇ ਉਹਨਾਂ ਮ੍ਰਿਤਕ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਭ ਤੋਂ ਪਹਿਲਾਂ ਤਾਂ ਸਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਹੈ ਅਤੇ ਜਿਹੜੀਆਂ ਰੂਹਾਂ ਵਿਛੜ ਗਈਆਂ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਜਿਹੜਾ ਪਰਿਵਾਰ ਦੇ ਪਿੱਛੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਨਾਲ ਹੀ ਇਹ ਸਮਰੱਥਾ ਦੇ ਕਿ ਉਹ ਇਸ ਦੁੱਖ ਨੂੰ ਸਹਿੰਦੇ ਹੋਏ ਆਪਣਾ ਜੀਵਨ ਅੱਗੇ ਚਲਾਉਣ। ਜੋ ਸਰਕਾਰ ਵੱਲੋਂ ਸਹਾਇਤਾ ਹੁੰਦੀ ਹੈ ਉਹ ਵੀ ਆ ਜਾਣੀ ਆ। ਕੁਛ ਸ਼ੈਲਰ ਮਾਲਕਾਂ ਨੇ ਮਦਦ ਕੀਤੀ ਆ, ਉਹਦੇ ਨਾਲ ਵੀ ਉਹਨਾਂ ਨੂੰ ਰਾਹਤ ਹੋਈ ਹੈ ਕਿ ਕੁਛ ਨਾ ਕੁਛ ਤਾਂ ਸਾਨੂੰ ਮਿਲਿਆ। ਲੇਕਿਨ ਭਾਣਾ ਕੁਦਰਤ ਦਾ ਇਹਦੇ ਵੱਸ ਕਿਸੇ ਦਾ ਨਹੀਂ ਹੈ, ਕਿਸੇ ਦਾ ਕਸੂਰ ਨਹੀਂ ਹੈ। ਸੋ ਸਾਡੀ ਜਿਹੜੀ ਆਪਣੀ ਪਾਰਟੀ ਦੇ ਸਾਡੇ ਇੱਥੋਂ ਦੇ ਵਲੰਟੀਅਰਸ ਨੇ, ਵਰਕਰਸ ਨੇ, ਉਹ ਵੀ ਕੋਸ਼ਿਸ਼ ਕਰ ਰਹੇ ਆ। ਉਹ ਵੀ ਅਸੀਂ ਹਰ ਪਰਿਵਾਰ ਨੂੰ, ਇਹਨਾਂ 4 ਪਰਿਵਾਰਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਾਂਗੇ। ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਦੇ ਦਫ਼ਤਰ ਵਿਖੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਲੋਹੜੀ ਮਨਾਈ ਗਈ। ਪੰਜਾਬ BJP ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਅਤੇ ਜਨਰਲ ਸਕੱਤਰ ਸੰਗਠਨ ਸ਼੍ਰੀ ਨਿਵਾਸੂਲੂ ਉਚੇਚੇ ਤੌਰ 'ਤੇ ਮੌਜੂਦ ਸਨ। ਇਸ ਮੌਕੇ 'ਤੇ ਲੋਹੜੀ ਚਲਾਈ ਗਈ ਅਤੇ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਗਈ। ਸਾਬਕਾ ਸਾਂਸਦ ਸ਼ਵੇਤ ਮਲਿਕ, ਸਾਬਕਾ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ, ਪ੍ਰਦੇਸ਼ ਸਕੱਤਰ ਅਜੇਸ਼ ਹਨੀ, ਸਾਬਕਾ ਮੀਤ ਪ੍ਰਧਾਨ ਰਾਕੇਸ਼ ਗਿੱਲ, ਕੇਵਲ ਕੁਮਾਰ, ਸੁਭਾਸ਼ ਨਰੂਲਾ, ਸਾਬਕਾ ਕੌਂਸਲਰ ਡਾਕਟਰ ਰਾਮ ਚਾਵਲਾ, ਜ਼ਿਲ੍ਹਾ ਸਕੱਤਰ ਰਾਜੀਵ ਸ਼ਰਮਾ ਡਿੰਪੀ, ਰਾਕੇਸ਼ ਸ਼ਰਮਾ, ਰਾਜੇਸ਼ ਕੰਧਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਆਨੰਦ ਸ਼ਰਮਾ ਸਮੇਤ ਕਈ ਨੇਤਾ ਵਰਕਰਸ ਮੌਜੂਦ ਸਨ। ਭਾਜਪਾ ਕਾਰਿਆਲੇ ਅੰਮ੍ਰਿਤਸਰ ਮੇ ਖੰਨਾ ਸਮਾਰਕ ਪੇ ਡਾਕਟਰ ਹਰਵਿੰਦਰ ਸਿੰਘ ਸੰਧੂ ਅਧਿਕਸ਼ ਹਮਾਰੇ ਉਨਕੀ ਅਧਿਕਸ਼ਤਾ ਮੇ ਲੋਹੜੀ ਕਾ ਕਾਰਜਕ੍ਰਮ ਹੁਆ, ਜਿਸਮੇ ਹਮਾਰੇ ਪੰਜਾਬ ਭਾਜਪਾ ਮਹਾਂਸਚਿਵ ਸ਼੍ਰੀ ਨਿਵਾਸ ਲੂ ਜੀ, ਵਿਕਰਮਜੀਤ ਸਿੰਘ ਚੀਮਾ ਜੀ ਵਿਸ਼ੇਸ਼ ਰੂਪ ਸੇ ਪਧਾਰੇ ਹੈ। ਤੋ ਮੈਂ ਸਾਰੇ ਭਾਰਤੀ ਜਨਤਾ ਪਾਰਟੀ ਕੇ ਕਾਰਜਕਰਤਾਓ ਕੋ ਮੁਬਾਰਕ ਦੇਤਾ ਹੂੰ ਕਿ ਇਸ ਲੋਹੜੀ ਕੇ ਜੋ ਪਰਵ ਆ ਰਹਾ ਹੈ ਸਭ ਹਮ ਖੁਸ਼ੀ ਸੇ ਮਨਾਏ। ਅੱਜ ਲੋਹੜੀ ਦਾ ਪਰਵ ਅਸੀਂ ਮਨਾ ਰਹੇ ਹਾਂ। ਮੈਂ ਮਹਾਰਾਜ ਅੱਗੇ, ਗੁਰੂ ਰਾਮਦਾਸ ਜੀ ਅੱਗੇ, ਮਾਤਾ ਰਾਣੀ ਅੱਗੇ ਅਰਦਾਸ ਕਰਦਾ ਕਿ ਜਿਹੜੀ ਆਉਣ ਵਾਲੀ ਲੋਹੜੀ ਤੋਂ ਉੱਤੋਂ ਅਗਲੀ ਲੋਹੜੀ ਸਾਰੇ ਸਾਡੇ ਸ਼ਹਿਰ ਵਾਸੀਆਂ ਵਾਸਤੇ, ਪੰਜਾਬ ਵਾਸੀਆਂ ਵਾਸਤੇ ਅਤੇ ਦੇਸ਼ ਵਾਸੀਆਂ ਵਾਸਤੇ ਸੁਖਾਣੀ ਹੋਵੇ। ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਡਾਕਟਰ ਹਰਵਿੰਦਰ ਸੰਧੂ ਜੀ ਜਿਹੜੇ ਸਾਡੇ ਨਵੇਂ ਪ੍ਰਧਾਨ ਬਣੇ ਨੇ, ਉਹਨਾਂ ਦੀ ਅਧਿਕਸ਼ਤਾ 'ਚ ਅਸੀਂ ਲੋਹੜੀ ਦਾ ਜਿਹੜਾ ਪ੍ਰੋਗਰਾਮ ਹਰ ਸਾਲ ਮਨਾਉਂਦੇ ਹਾਂ ਉਹ ਬੜੀ ਜਿਹੜੀ ਅਸੀਂ ਸ਼ਰਧਾ ਨਾਲ ਮਨਾਇਆ। ਅੱਜ ਸਾਰੇ ਕਾਰਜਕਰਤਾ ਬੜੇ ਹੁਮਮ ਆ ਕੇ ਪਹੁੰਚੇ ਆ। ਇੱਕ ਵਾਰ ਫਿਰ ਤੋਂ ਲੋਹੜੀ ਦੀ ਅਤੇ ਮਾਘੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ। ਰੇਗੋ ਬ੍ਰਿਜ ਅੰਮ੍ਰਿਤਸਰ ਵਿੱਚ ਸ਼ਹਿਰੀ ਅਤੇ ਅੰਦਰੂਨ ਹਿੱਸਿਆਂ ਨੂੰ ਜੋੜਨ ਲਈ ਇੱਕ ਅਹਿਮ ਕੜੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਰੇਗੋ ਬ੍ਰਿਜ ਦੀ ਹਾਲਤ ਖਸਤਾ ਬਣੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਗੋ ਬ੍ਰਿਜ ਨੂੰ ਅਨਸੇਫ ਐਲਾਨ ਦਿਆ, ਇੱਥੇ ਹੁਣ ਸਿਰਫ 2-ਪਹੀਆ ਵਾਹਨਾਂ ਨੂੰ ਹੀ ਆਵਾਜਾਈ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਰੇਗੋ ਬ੍ਰਿਜ 'ਤੇ 4-ਪਹੀਆ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ।
ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੀਗੋ ਬ੍ਰਿਜ ਦੀ ਹਾਲਤ ਨੂੰ ਵੇਖਦਿਆਂ ਸਿਰਫ ਇੱਥੇ 2-ਪਹੀਆ ਵਾਹਨ ਹੀ ਲੈ ਕੇ ਜਾਣ। ਉਹਨਾਂ ਹਦਾਇਤ ਕੀਤੀ ਕਿ ਰੀਗੋ ਬ੍ਰਿਜ ਦੇ 4-ਪਹੀਆ ਵਾਹਨਾਂ ਨੂੰ ਰੋਕਣ ਲਈ ਲਗਾਏ ਗਏ ਲੋਹੇ ਦੇ ਗਾਰਡਰਾਂ ਨੂੰ ਜੇਕਰ ਕਿਸੇ ਨੇ ਹਟਾਇਆ ਤਾਂ ਉਸ ਦੇ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ। ਦੇਖੋ ਜੀ, ਆਈ ਟੀ ਰੁੜਕੀ ਦੀ ਟੀਮ ਵੱਲੋਂ ਰੀਗੋ ਬ੍ਰਿਜ ਦਾ ਪੂਰਾ ਮੁਆਇਨਾ ਕਰਨ ਤੋਂ ਬਾਅਦ ਇਹ ਸਪੈਸੀਫਿਕਲੀ ਕਿਹਾ ਗਿਆ ਸੀ ਵੀ ਇਹ ਹੁਣ ਇੱਕ ਅਨਸੇਫ ਬ੍ਰਿਜ ਹੈਗਾ, ਪਰ ਸਾਡੀ ਅੰਮ੍ਰਿਤਸਰ ਦੀ ਲਾਈਫ ਲਾਈਨ ਵੀ ਇਸ ਵੇਲੇ ਰੀਗੋ ਬ੍ਰਿਜ ਹੀ ਹੈ। ਵੱਲਾ ਅਤੇ 22 ਨੰਬਰ ਫਾਟਕ ਵਾਲੇ ਜਿਹੜੇ ਆਰ ਓ ਬੀਜ਼ ਹੈ ਉਹ ਹਲੇ ਤਿਆਰ ਹੋ ਰਹੇ ਨੇ, ਅਤੇ ਰੀਗੋ ਬ੍ਰਿਜ ਦੇ ਉੱਤੇ ਮੈਕਸੀਮਮ ਜਿਹੜਾ ਲੋਡ ਪੈਂਦਾ ਹੈਗਾ, ਅਸੀਂ ਸਾਰੇ 4 ਪਹੀਆ ਵਾਹਨਾਂ ਨੂੰ ਰੀਗੋ ਬ੍ਰਿਜ 'ਤੇ ਜਾਣ ਤੋਂ ਇਸ ਲਈ ਮਨਾ ਕੀਤਾ ਹੈ ਕਿ ਕੱਲ੍ਹ ਨੂੰ ਕੋਈ ਵੀ ਜੇ ਹਾਦਸਾ ਵਾਪਰ ਜੇ ਤਾਂ ਉਹਦੇ ਨਾਲ ਸਿੱਧਾ ਜਾਨੀ ਨੁਕਸਾਨ ਹੋਊਗਾ। ਅਸੀਂ ਨਹੀਂ ਚਾਹੁੰਦੇ ਵੀ ਇਹਦੇ ਕਰਕੇ ਕਿਸੇ ਹਾਦਸੇ ਕਰਕੇ ਕਿਸੇ ਦੇ ਘਰ ਦਾ ਜੀ ਜਾਵੇ। ਹੁਣ ਇਹ ਗੁਜਰਾਤ ਵਿੱਚ ਵੀ ਮੋਰਬੀ ਦੇ ਪੁਲ ਦੇ ਉੱਤੇ ਬਹੁਤ ਵੱਡਾ ਇੱਕ ਹਾਦਸਾ ਹੋਇਆ ਸੀਗਾ ਜਿੱਥੇ 'ਚ 72 ਤੋਂ ਵੱਧ ਲੋਕਾਂ ਦੀ ਜਾਨ ਗਈ ਹੈਗੀ ਹੈ। ਸੋ ਉਹ ਜਿਹਾ ਕੋਈ ਹਾਦਸਾ ਅੰਮ੍ਰਿਤਸਰ 'ਚ ਅਵੋਇਡ ਕਰਨ ਲਈ ਹੀ ਅਸੀਂ ਇਹ ਕਾਰਵਾਈ ਕੀਤੀ ਹੈ। ਮੈਨੂੰ ਇਸ ਗੱਲ ਦੀ ਪੂਰਨ ਜਾਣਕਾਰੀ ਹੈ ਕਿ ਵੀ ਇਹਦੇ ਨਾਲ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਉਤਪੰਨ ਹੋ ਗਈ ਹੈ। ਲੋਕਾਂ ਨੂੰ ਘੰਟਾ ਡੇਢ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ, ਟ੍ਰੈਫਿਕ ਵਿੱਚ ਫਸ ਜਾਂਦੇ ਨੇ। ਪਰ ਕੁਛ ਸਮੇਂ ਦੀ ਗੱਲ ਹੋਰ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ 22 ਨੰਬਰ ਫਾਟਕ ਜਲਦ ਤੋਂ ਜਲਦ ਐਕਟਿਵ ਹੋ ਜਾਵੇ ਤਾਂ ਕਿ ਥੋੜ੍ਹੀ ਜਿਹੀ ਰਾਹਤ ਜਿਹੜੀ ਹੈਗੀ ਹੈ ਸ਼ਹਿਰ ਵਾਸੀਆਂ ਨੂੰ ਉਹਦੇ ਨਾਲ ਮਿਲੇ। ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 2 ਘੰਟੇ ਦੀ ਦੇਰੀ ਪਿੱਛੇ ਅਸੀਂ ਆਪਣੀ ਜਾਨ ਦੇ ਨਾਲ ਖਿਲਵਾੜ ਨਾ ਕਰੀਏ। ਸਾਰੇ ਅਸੀਂ ਆਲਟਰਨੇਟਿਵ ਰੂਟਸ ਬਣ ਚੁੱਕੀਆਂ ਨੇ, ਜੇ ਟ੍ਰੈਫਿਕ ਨੂੰ ਅਸੀਂ ਆਲਟਰਨੇਟਿਵ ਰੂਟਸ 'ਤੇ ਡਾਈਵਰਟ ਕਰਕੇ ਸਹੀ ਤਰੀਕੇ ਨਾਲ ਅਸੀਂ ਚੱਲੀਏ, ਕਾਹਲੀ ਨਾ ਕਰੀਏ, ਗੱਡੀ ਨਾ ਫਸਾਈਏ, ਓਵਰਟੇਕ ਨਾ ਕਰੀਏ, ਤਾਂ ਅਸੀਂ ਜਿੰਨਾ ਸਮਾਂ ਹੋਰ ਲੱਗੇਗਾ 22 ਨੰਬਰ ਫਾਟਕ ਨੂੰ ਬਣਨ ਵਿੱਚ, ਉਨਾ ਸਮਾਂ ਅਸੀਂ ਆਪਣਾ ਸਹੀ ਤਰੀਕੇ ਨਾਲ ਟ੍ਰੈਫਿਕ ਨੂੰ ਮੈਨੇਜ ਕਰ ਸਕਦੇ ਹਾਂ। ਐਤਕੀ ਜੀ ਬੜੀ ਸਖ਼ਤ ਚੇਤਾਵਨੀ ਹੈ, ਜੇ ਕੋਈ ਵੀ ਬੈਰੀਕੇਡ ਤੋੜਦਾ ਹੈ ਨਾ ਕੇਵਲ ਉਹਦੀ ਅਸੀਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਿੱਤਾ ਜਾਊਗਾ, ਬਲਕਿ ਜੋ ਵੀ ਨੁਕਸਾਨ ਹੋਇਆ ਬੈਰੀਕੇਡ ਤੋੜਨ ਕਰਕੇ ਉਹ ਵੀ ਉਹਨਾਂ ਤੋਂ ਹੀ ਭਰਪਾਈ ਕੀਤੀ ਜਾਊਗੀ। ਅਤੇ ਖੁਦਾ ਨਾ ਖਾਦਸਾ ਜੇ ਕੋਈ ਉੱਥੇ ਹਾਦਸਾ ਵਾਪਰ ਜਾਂਦਾ ਹੈ ਤਾਂ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਉਸ ਬੰਦੇ ਨੂੰ ਬਣਾਇਆ ਜਾਊਗਾ ਜਿਹਨੇ ਕਿ ਇਹ ਬੈਰੀਕੇਡਸ ਤੋੜ ਕੇ ਉੱਥੇ ਆਪਣੀ ਜਿਹੜੀ ਹੈਵੀ ਵਹੀਕਲ ਮੂਵਮੈਂਟ ਚਲਾਉਣ ਦੀ ਕਾਰਵਾਈ ਕੀਤੀ ਹੈ, ਜਿਹਦੇ ਨਾਲ ਕੱਲ੍ਹ ਨੂੰ ਬ੍ਰਿਜ ਨੂੰ ਟੁੱਟਣ ਦਾ ਖਤਰਾ ਹੈਗਾ। ਅੰਮ੍ਰਿਤਸਰ ਦਾ ਰੀਗੋ ਬ੍ਰਿਜ ਬੜਾ ਮਹੱਤਵਪੂਰਨ ਬ੍ਰਿਜ ਹੈ, ਜਿਹੜਾ ਸ਼ਹਿਰ ਦੇ ਬਾਹਰਲੇ ਇਲਾਕੇ ਅਤੇ ਅੰਦਰੂਨੀ ਇਲਾਕੇ ਨੂੰ ਜੋੜਨ 'ਚ ਬੜੀ ਅਹਿਮ ਕੜੀ ਹੈ। ਪਰ ਪਿਛਲੇ ਕੁਛ ਸਾਲਾਂ ਤੋਂ ਇਸ ਪੁਲ ਦੀ ਹਾਲਤ ਬਹੁਤ ਹੀ ਖਸਤਾ ਹੈ। ਸੋ ਇਸਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੀਗੋ ਬ੍ਰਿਜ 'ਤੇ ਹੁਣ ਸਿਰਫ 2-ਵੀਲਰਸ ਦੀ ਆਵਾਜਾਈ ਹੀ ਯਕੀਨੀ ਬਣਾਈ ਗਈ ਹੈ। ਸੋ ਇਸ ਬਾਰੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਪੁਲ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੋਇਆਂ ਔਰ ਇਸ ਪੁਲ ਨੂੰ ਜਿਹੜਾ ਅਨਸੇਫ ਐਲਾਨਿਆ ਗਿਆ ਉਸ ਨੂੰ ਦੇਖਦੇ ਹੋਏ ਲੋਕ ਪ੍ਰਸ਼ਾਸਨ ਸਹਿਯੋਗ ਕਰਨ ਔਰ ਸਿਰਫ 2-ਵੀਲਰ ਹੀ ਇਸ 'ਤੇ ਚਲਾਏ ਜਾਣ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਕੈਮਰਾਮੈਨ ਰਕੇਸ਼ ਕੁਮਾਰ ਨੇ ਸੰਦੀਪ ਸਿਆਲ ਫਸਟ ਨਿਊਜ਼ ਅੰਮ੍ਰਿਤਸਰ। ਅੰਮ੍ਰਿਤਸਰ ਦੇ ਇਲਾਕੇ ਮੋਹਨ ਨਗਰ ਵਿੱਚ ਬੀਤੀ 7 ਜਨਵਰੀ ਨੂੰ ਇੱਕ ਘਰ ਵਿੱਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ 3 ਦੋਸ਼ੀਆਂ ਵਿੱਚੋਂ 2 ਨੂੰ ਕਾਬੂ ਕਰ ਲਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ACP ਨੌਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਦੋਸ਼ੀ ਵਿਸ਼ਾਲ ਕਲਿਆਣ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਸਦਾ ਤੀਸਰਾ ਸਾਥੀ ਅਜੇ ਫਰਾਰ ਹੈ। ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਪਾਸੋਂ 18,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਜੇਵਰ ਬਰਾਮਦ ਕੀਤੇ ਗਏ ਹਨ। ਉਜਵਲ ਮਹਾਜਨ ਸਾਨੂੰ ਸੁਨੀਲ ਮਹਾਜਨ
ਜੋ ਕਿ ਮੋਹਨ ਐਵਨਿਊ ਫਤਿਹਗੜ੍ਹ ਚੂੜੀਆ ਰੋਡ ਪੁਲਿਸ ਸਟੇਸ਼ਨ ਸਦਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਹਨਾਂ ਨੇ ਸਾਨੂੰ ਇੱਕ ਇਤਲਾਹ ਦਿੱਤੀ ਕਿ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਏ ਸੀ ਤਾਂ ਉਹਨਾਂ ਦੇ ਘਰੋਂ ਕਾਫੀ ਨਕਦੀ ਅਤੇ ਕੁਝ ਗਹਿਣੇ ਸੋਨੇ ਦੇ ਸਾਡੇ ਘਰੋਂ ਚੋਰੀ ਹੋ ਗਏ ਨੇ। ਜਦੋਂ ਅਸੀਂ ਐੱਫ ਆਈ ਰਜਿਸਟਰ ਕਰਕੇ ਮੁੱਢਲੀ ਇਨਵੈਸਟੀਗੇਸ਼ਨ ਕੀਤੀ ਤਾਂ ਜਦੋਂ ਉਹਨਾਂ ਦੇ ਘਰ ਦੀ CCTV ਅਸੀਂ ਖਵਾ ਲਈ ਤਾਂ ਸਾਨੂੰ ਉਹਦੇ ਵਿੱਚ 3 ਬੰਦੇ ਨਜ਼ਰ ਆਏ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ। ਇਹ ਦੱਸਣਯੋਗ ਹੈ ਕਿ ਜੋ ਮਦਈ ਪਾਰਟੀ ਹੈ ਉਹਨਾਂ ਦੇ ਘਰ ਦੇ ਨਾਲ ਹੀ ਇੱਕ ਉਹਨਾਂ ਦਾ ਸੈਲੂਨ ਵੀ ਹੈ ਜਿੱਥੇ ਕਿ ਵਿਸ਼ਾਲ ਕਲਿਆਣ ਦਾ ਲੜਕਾ ਨਾਮ ਦਾ ਲੜਕਾ ਉਹਨਾਂ ਦੇ ਸੈਲੂਨ 'ਤੇ ਕੰਮ ਕਰਦਾ। ਇੰਟਰਸਟਿੰਗਲੀ ਜਦੋਂ ਅਸੀਂ ਵੀਡੀਓ ਦੇਖੀ, ਵੀਡੀਓ ਦੇ ਵਿੱਚ ਉਹਨਾਂ ਦੇ ਮੂੰਹ ਤਾਂ ਬੰਨੇ ਹੋਏ ਸੀ ਬਟ ਉਹਦੇ ਜੋ ਹੱਥ ਦੇ ਉੱਤੇ ਟੈਟੂ ਬਣਿਆ ਹੋਇਆ ਸੀ, ਜਦੋਂ ਅਸੀਂ ਪਰਿਵਾਰ ਨੂੰ ਵੀਡੀਓ ਦਿਖਾਈ ਤਾਂ ਉਹਨਾਂ ਨੇ ਤੁਰੰਤ ਉਹਨੂੰ ਪਹਿਚਾਣ ਲਿਆ ਕਿ ਇਹ ਤਾਂ ਉਹੀ ਲੜਕਾ ਜੋ ਸਾਡੇ ਸੈਲੂਨ 'ਤੇ ਕੰਮ ਕਰਦਾ। ਜਦੋਂ ਅਸੀਂ ਵਿਸ਼ਾਲ ਕਲਿਆਣ ਨੂੰ ਰਾਊਂਡ ਅਪ ਕਰਕੇ ਉਸਨੂੰ ਅਰੈਸਟ ਕੀਤਾ ਤਾਂ ਉਸਨੇ ਆਪਣਾ ਸਾਰਾ ਜੁਰਮ ਇਕਬਾਲ ਕਰ ਲਿਆ ਅਤੇ ਉਸਨੇ ਦੱਸਿਆ ਕਿ ਇਹ ਪਲੈਨ ਉਸਨੇ ਆਪਣੇ ਦੋ ਸਾਥੀ ਜਿਨ੍ਹਾਂ ਵਿੱਚ ਇੱਕ ਜਤਿੰਦਰ ਸਿੰਘ ਉਰਫ ਪਰੀ ਅਤੇ ਤੀਸਰਾ ਸਾਥੀ ਜੋ ਹਜੇ ਤੱਕ ਘੋੜਾ ਵਾ ਜਿਸਦਾ ਨਾਮ ਵਿਕਰਮਜੀਤ ਸਿੰਘ ਹੈ, ਤਿੰਨਾਂ ਨੇ ਇਕੱਠੇ ਹੋ ਕੇ ਇੱਕ ਪਲੈਨ ਬਣਾਇਆ। ਅਜਨਾਲਾ ਵਿੱਚ ਰਹਿਣ ਵਾਲੇ ਵਿਅਕਤੀ ਬਲਕਾਰ ਸਿੰਘ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਇਸ ਵਿਅਕਤੀ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸ ਦੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪੇਸ਼ ਦਿੱਤਾ ਗਿਆ। ਇਸ ਮੌਕੇ 'ਤੇ ਗੱਲਬਾਤ ਕਰਦਿਆਂ ਸਿਟੀ ਅਜਨਾਲਾ ਦੇ ਚੌਂਕੀ ਇੰਚਾਰਜ ਆਗਿਆਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਬਲਕਾਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਿਛਲੇ 2 ਦਿਨਾਂ ਤੋਂ ਅਜਨਾਲਾ ਵਿਖੇ ਰਹਿ ਰਿਹਾ ਸੀ, ਜਿਸ ਦੇ ਕਿਸੇ ਕਾਰਨਾਂ ਕਰਕੇ ਭੇਤ ਭਰੇ ਹਾਲਾਤਾਂ ਕਰ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਕਿਸੇ ਨਾਲ ਪ੍ਰੇਮ ਸੰਬੰਧ ਸਨ, ਜਿਸ ਦੇ ਚੱਲਦਿਆਂ ਉਸਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਮਾਮਲਾ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਗਈ ਸੀ ਤੇਜ਼ ਹਸਪਤਾਲ ਤੋਂ ਕਿ ਇੱਕ ਕਮਲਜੀਤ ਸਿੰਘ ਬੱਬਾ ਪੁੱਤਰ ਬਲਕਾਰ ਸਿੰਘ ਵਾਸੀ ਕੱਲੋਂਮਾਲ ਜੋ ਕਿ ਅਜਨਾਲਾ ਵਿਖੇ ਅਪਰਾਈਜ਼ ਕਰ ਰੈਸ਼ ਦੇ ਦਿੰਦਾ ਸੀ ਵੀ ਉਹਦੀ ਮੌਤ ਹੋ ਗਈ ਹੈ। ਜਿਹਦੇ ਸੰਬੰਧ 'ਚ ਅਸੀਂ ਸਿਵਲ ਹਸਪਤਾਲ ਪੁੱਜੇ ਹਾਂ ਜਿੱਥੇ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੀ ਬਰੋਡ ਡੈਡ ਆਈ ਹੈ ਬੋਡੀ ਇਹਦੀ ਅਤੇ ਉਸ ਸੰਬੰਧ 'ਚ ਵਾਰਸਾਂ ਦੇ ਬਿਆਨ 'ਤੇ 174 ਦੀ ਕਾਰਵਾਈ ਅਮਲ 'ਚ ਲਿਆ ਕੇ ਪੋਸਟਮਾਰਟਮ ਕਰਾਇਆ ਜਾ ਰਿਹਾ। ਪੋਸਟਮਾਰਟਮ ਦੀ ਰਿਪੋਰਟ ਤੋਂ ਜੋ ਤੱਥ ਪਾਏ ਜਾਣਗੇ ਉਸ ਮੁਤਾਬਕ ਅਗਲੀ ਕਾਰਵਾਈ ਲੈਂਦੀ ਹੈ। ਉਹ ਦੋ ਦਿਨ ਤੋਂ ਇੱਥੇ ਅਜਨਾਲੇ ਰਹਿ ਰਿਹਾ ਸੀ ਕਿਉਂਕਿ ਮਕਾਨ ਦਾ ਇੱਥੇ ਵੀ ਹੈਗਾ ਸੀ, ਪਿੰਡ ਵੀ ਹੈਗਾ ਸੀ, 2 ਦਿਨ ਤੋਂ ਅਜਨਾਲੇ ਸੀ ਹੁਣ, ਠੀਕ ਹੈ। ਤਾਂ ਅੱਜ ਇਹਨਾਂ ਦੇ ਵਾਰਸਾਂ ਨੂੰ ਸਵੇਰੇ ਪਤਾ ਲੱਗਾ ਵੀ ਉਹਨੂੰ ਰਸਤੇ ਲਿਆਉਂਦਿਆਂ ਦੀ ਮੌਤ ਹੋ ਗਈ ਆ। ਤੇਜ਼ ਹਸਪਤਾਲ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦੀਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ 'ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300883 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਲੋਹੜੀ ਪੰਜਾਬ ਦਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ ਅਤੇ ਇਸ ਨੂੰ ਮਨਾਉਣ ਲਈ ਪੰਜਾਬ ਵਾਸੀਆਂ ਵਿੱਚ ਕਾਫੀ ਉਤਸ਼ਾਹ ਵੇਖਿਆ ਜਾਂਦਾ ਹੈ। ਇਸ ਦਿਨ ਲੋਹੜੀ ਦਾ ਤਿਉਹਾਰ ਮਨਾਉਣ ਅਤੇ ਠੰਡ ਤੋਂ ਬਚਾਅ ਲਈ ਲੋਕ ਮੂੰਗਫਲੀ, ਰਿਓੜੀ, ਗੱਚਕ ਅਤੇ ਹੋਰ ਆਦਿ ਚੀਜ਼ਾਂ ਖਰੀਦਦੇ ਹਨ। ਜਿਸ ਸੰਬੰਧੀ ਸਾਡੀ ਫਾਸਟਵੇ ਨਿਊਜ਼ ਟੀਮ ਵੱਲੋਂ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਤਾਂ ਹਰ ਜਗ੍ਹਾ ਬਾਜ਼ਾਰ ਵਿੱਚ ਠੰਡ ਤੋਂ ਬਚਾਅ ਲਈ ਮੇਵਾ, ਮੂੰਗਫਲੀ, ਰਿਓੜੀ, ਗੱਚਕ ਅਤੇ ਹਰ ਪ੍ਰਕਾਰ ਦੀਆਂ ਚੀਜ਼ਾਂ ਵੇਖੀਆਂ ਗਈਆਂ, ਜਿਸ ਦੀ ਲੋਕਾਂ ਵੱਲੋਂ ਭਾਰੀ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਸਾਰੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਮਹਿੰਗਾਈ ਦੀ ਮਾਰ ਤਾਂ ਜ਼ਰੂਰ ਹੈ ਪਰ ਲੋਕ ਆਪਣੇ ਦਿਨ ਤਿਉਹਾਰਾਂ ਨੂੰ ਮਨਾਉਣ ਲਈ ਕੋਈ ਗੁਰੇਜ਼ ਨਹੀਂ ਕਰਦੇ।
ਪੰਜਾਬ 'ਚ ਬੜਾ ਵਧੀਆ ਤਿਉਹਾਰ ਮਨਾਇਆ ਜਾਂਦਾ। ਇਹ ਸਾਰੇ ਆਪਣੇ ਘਰ ਹਰ ਕੋਈ ਲੋਹੜੀ ਕਰਦਾ। ਇਹ ਲੋਹੜੀ ਆਪਣੇ ਬੱਚਿਆਂ ਦੇ ਸ਼ਗਨ ਦੀ ਵੀ ਕਰੀਦੀ, ਜਿਹਨਾਂ ਬੱਚਿਆਂ ਵੀ ਵਿਆਹ ਨਵੇਂ ਹੋਏ ਹੁੰਦੇ ਨਵੇਂ ਜੋੜੇ ਵੀ ਕਰਦੇ, ਜਿਹਨਾਂ ਘਰ ਸੁੱਖ ਨਾਲ ਕਾਕੇ ਹੁੰਦੇ ਆ ਉਹ ਵੀ ਲੋਹੜੀ ਮਨਾਉਂਦੇ ਆ। ਬਹੁਤ ਵਧੀਆ ਤਿਉਹਾਰ ਮਨਾਇਆ ਜਾਂਦਾ। ਅਤੇ ਮੈਂ ਵੀ ਮੇਰੇ ਘਰ ਵੀ ਮੇਰੇ ਬੇਟੇ ਦੀ ਲੋਹੜੀ ਹੈ ਅਤੇ ਮੈਂ ਸਮਾਨ ਲੈਣਾ ਆਈ ਹਾਂ। ਪਰਮਾਤਮਾ ਸਭ ਨੂੰ ਲੋਹੜੀ ਵਧੀਆ ਵਧੀਆ ਕਰੇ। ਠੀਕ ਹੈ, ਕੋਈ ਗੱਲ ਨਹੀਂ, ਇੱਦਾਂ ਦੀ ਨਹੀਂ ਗੱਲ, ਸਭ ਠੀਕ ਹੈਗਾ। ਸਭ ਲੈ ਰਹੇ, ਸਭ ਸ਼ੋਪਿੰਗ ਕਰ ਰਹੇ। ਲੋਹੜੀ ਦੀ ਤਿਉਹਾਰ ਸਾਰਿਆਂ ਨੂੰ ਮਨਾਉਣਾ ਚਾਹੀਦਾ, ਸਾਲ ਬਾਅਦ ਤਿਉਹਾਰ ਆਉਂਦਾ, ਸਭ ਨੇ ਖੁਸ਼ੀ ਖੁਸ਼ੀ ਦਾ ਤਿਉਹਾਰ ਮਨਾਉਣਾ ਚਾਹੀਦਾ। ਤੋਹਫਾ ਲੋਹੜੀ ਦੇ ਬਸ ਮੂੰਗਫਲੀ ਰੋੜੀ ਗਚਕ ਮਹਿੰਗਾਈ ਇੱਦਾਂ ਹੈਗੀ ਹੈ ਵੀ ਇਹ ਨਹੀਂ ਵੀ ਹੈ, ਬਸ ਮਿਕਸ ਜਿਹਾ ਕੰਮ ਹੈ, ਮਹਿੰਗਾਈ ਤਾਂ ਹੈ ਹੀ ਹੈ। ਉਹਨਾਂ ਕੇ ਉਹਨਾਂ ਲਿਮਿਟਡ ਹੀ ਰੋੜੀ ਮੂੰਗਫਲੀ ਗਚਕ ਮੇਨ ਚੱਲਦਾ ਲੋਹੜੀ 'ਤੇ। ਮੈਂ ਖਰਚੇ ਘੱਟ ਕਰੋ, ਕਮਾਈਆਂ ਘੱਟ ਹੈ। ਨਹੀਂ ਰੇਟ 'ਚ ਚਲੋ ਫਰਕ ਹੈ, ਮਹਿੰਗਾਈ ਦਾ ਅਸਰ ਤਾਂ ਹੈ, ਬਟ ਫੈਸਟੀਵਲਸ 'ਤੇ ਮਨਾਉਣਾ ਹੀ ਆ ਨਾ, ਥੋੜ੍ਹਾ ਬਹੁਤਾ ਜਿੱਥੇ ਬਾਕੀ ਇੰਨੇ ਖਰਚੇ ਹੋ ਰਹੇ ਆ ਇਹ ਵੀ ਜਾਇਜ਼ ਹੀ ਆ। ਨਹੀਂ ਨਹੀਂ, ਚੀਜ਼ਾਂ ਉਸੇ ਤਰ੍ਹਾਂ ਹੀ, ਸ਼ੋਪਿੰਗ ਉਸੇ ਤਰ੍ਹਾਂ ਹੀ ਹੋ ਰਹੀ ਹੈ, ਜਿਹੜੀ ਚੀਜ਼ ਚਾਹੀਦੀ ਉਹ ਚਾਹੀਦੀ ਆ। ਲੋਹੜੀ ਦਾ ਤਿਉਹਾਰ ਹੈਗਾ, ਮੈਂ ਤਾਂ ਕਹਿੰਦੀ ਹਾਂ ਚਾਹੇ ਥੋੜ੍ਹਾ ਹੈ ਚਾਹੇ ਬਹੁਤਾ, ਆਪਣਾ ਫੈਸਟੀਵਲ ਹੈ, ਆਪਣਾ ਪੰਜਾਬ ਦਾ ਮੇਨ ਫੈਸਟੀਵਲ ਮਨਾਉਣਾ ਚਾਹੀਦਾ। ਬਸ ਕੁਛ ਨਹੀਂ, ਵਧੀਆ ਅੱਛੀ ਤਰ੍ਹਾਂ ਮਨਾਵਾਂਗੇ। ਇਹ ਲੋਹੜੀ ਦਾ ਸਮਾਨ, ਮੂੰਗਫਲੀਆਂ, ਰੇਵੜੀਆਂ, ਗਚਕਾਂ, ਮਹਿੰਗਾਈ ਤਾਂ ਹਰ ਚੀਜ਼ 'ਚ ਹੈ, ਕੋਈ ਚੀਜ਼ ਇਹੋ ਜਿਹੀ ਹੋਵੇ ਜਿਹਦਾ ਰੇਟ ਘੱਟ ਹੋਵੇ ਉਹ ਹੈ ਹੀ ਨਹੀਂ। ਸ਼ਹਿਰ ਦੇ ਵਿੱਚ ਬਾਹਰ ਰਹਿਣ ਵਾਲੇ ਵਾਸਤੇ ਕੋਈ ਰੌਣਕ ਨਹੀਂ ਹੈ, ਸ਼ਹਿਰਾਂ ਦੇ ਵਿੱਚ ਤਾਂ ਪੂਰੀ ਰੌਣਕ ਹੈ, ਹਲੇ ਵੀ ਰੌਣਕ ਹੈ। ਹਲੇ 4 ਦਿਨ ਪਏ ਆ, ਤੁਸੀਂ ਵੇਖੋ ਬਾਜ਼ਾਰ ਕਿੰਨੇ ਸਜੇ ਆ, ਸੋਹਣੇ ਲੱਗਦੇ ਪਏ ਆ। ਬਾਹਰ ਅਸੀਂ ਲੋਕ ਚਲੇ ਗਏ ਹਾਂ, ਉੱਥੇ ਪਤਾ ਹੀ ਨਹੀਂ ਲੱਗਦਾ ਫੈਸਟੀਵਲ ਆਇਆ ਅਤੇ ਗਿਆ। ਮੈਸੇਜ ਬਸ, ਅਸੀਂ ਲੋਕ ਤਾਂ ਠੀਕ ਹੈ, ਸਰਵਾਈਵ ਕਰ ਲੈਂਦੇ ਹਾਂ, ਜਿਹੜਾ ਗਰੀਬ ਬੰਦਾ ਉਹਨੂੰ ਮਾਰ ਪੈਂਦੀ ਹੈ। ਤੋਹਫਾ ਕੀ ਲਿਆਉਣਾ, ਬੁਰੇ ਹਾਲ ਹੋ ਪਏ ਆ, ਕਾਲੀਆਂ ਰਾਤਾਂ ਪਈਆਂ ਹੋਈਆਂ, ਕੰਮ ਹੀ ਸ਼ੌਕਾਂ ਨਾਲ ਰਹਿ ਗਿਆ, ਲਾਜ ਕਰ ਕੰਮ, ਮਹਿੰਗਾਈ ਬੜੀ ਹੋ ਗਈ ਆ, ਇੱਦਾਂ ਹੋੜੀਆਂ ਗਜਕ ਜੇ ਗਚਕਾਂ ਹੈਗੀਆਂ, ਬਸ ਗਾਹਕ ਪੈਸਾ ਨਹੀਂ ਜੇਗਾ। ਕੋਈ ਨਹੀਂ, ਹੁਣ ਜੋ ਬਣੇਗਾ ਸਾਰਿਆਂ ਨਾਲ ਹੀ, ਸਰਕਾਰ ਨੂੰ ਸੋਚਣਾ ਚਾਹੀਦਾ, ਅਸੀਂ ਕੀ ਸੋਚਣਾ। 13 ਜਨਵਰੀ ਲੋਹੜੀ ਦਾ ਤਿਉਹਾਰ, ਜਿਸ ਨੂੰ ਮਨਾਉਣ ਦੇ ਲਈ ਪੰਜਾਬ ਵਾਸੀਆਂ 'ਚ ਕਾਫੀ ਹਰਸੋ ਉਲਾਸ ਹੁੰਦਾ, ਅਤੇ ਉਸ ਦਿਨ ਨੂੰ ਮਨਾਉਣ ਦੇ ਲਈ ਜਿਹੜਾ ਠੰਡ ਤੋਂ ਬਚਾਅ ਦੇ ਲਈ ਜਿਹੜਾ ਮੇਵਾ ਹੈ, ਮੂੰਗਫਲੀ, ਰਿਉੜੀ, ਗਚਕ, ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈ ਬਾਜ਼ਾਰਾਂ ਦੇ ਵਿੱਚ ਪਹੁੰਚ ਕੇ ਖਰੀਦਿਆ ਜਾ ਰਿਹਾ, ਅਤੇ ਬਾਜ਼ਾਰਾਂ ਦੇ ਵਿੱਚ ਪੂਰੀ ਹੱਟ ਲੱਗੀ ਪਈ ਹੈ, ਬਾਜ਼ਾਰ ਪੂਰੇ ਸੱਜੇ, ਅਤੇ ਲੋਕਾਂ ਵੱਲੋਂ ਭਾਈ ਜਿਹੜੀ ਖਰੀਦਦਾਰੀ ਉਹਦੀ ਕੀਤੀ ਜਾ ਰਹੀ ਹੈ। ਅਤੇ ਲੋਕਾਂ ਨੂੰ ਇੱਕੋ ਹੀ ਮੈਸੇਜ ਆ ਕਿ ਆਪਣੇ ਜਿਹੜੇ ਤਿਉਹਾਰ ਹੈ, ਦਿਨ ਤਿਉਹਾਰ ਹੈ, ਉਹਨਾਂ ਨੂੰ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ, ਅਤੇ ਹਰ ਤਿਉਹਾਰ ਲੋਕਾਂ ਲਈ ਹਰ ਉਤਸਾਹ ਲੈ ਕੇ ਆਉਂਦਾ, ਉਮੰਗ ਲੈ ਕੇ ਆਉਂਦਾ, ਅਤੇ ਹਰ ਚੀਜ਼ ਬਾਜ਼ਾਰਾਂ ਵਿੱਚ ਪਹੁੰਚ ਚੁੱਕੀ ਹੈ। ਪਰ ਲੋਕਾਂ ਨੂੰ ਇੱਕੋ ਹੀ ਆਖਣਾ ਹੈਗਾ ਕਿ ਥੋੜ੍ਹਾ ਮਹਿੰਗਾਈ ਦਾ ਰੇਟ ਜ਼ਰੂਰ ਹੈ, ਪਰ ਲੋਕ ਆਪਣੇ ਤਿਉਹਾਰ ਨੂੰ ਮਨਾਉਣ ਦੇ ਲਈ ਕਿਸੇ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਕਰਦੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਨਿਊਜ਼, ਅੰਮ੍ਰਿਤਸਰ। ਪੁਲਿਸ ਥਾਣਾ ਮਜੀਠਾ ਰੋਡ ਨੇ ਕਾਰਵਾਈ ਕਰਦਿਆਂ 3 ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ACP ਨਾਰਥ ਵਰਿੰਦਰਜੀਤ ਸਿੰਘ ਖੋਸਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦਾਤਰ ਅਤੇ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਇਹਨਾਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਸਾਨੂੰ ਪੁਲਿਸ ਸਟੇਸ਼ਨ ਮਜੀਠਾ ਰੋਡ ਵਿਖੇ 8 ਤਰੀਕ ਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਸਦੀਕ ਖਾਨ ਨਾਮ ਦਾ ਬੰਦਾ, ਜੋ ਕਿ ਪਿੱਛੋਂ ਹਨੂੰਮਾਨਗੜ੍ਹ ਰਾਜਸਥਾਨ ਦਾ ਰਹਿਣ ਵਾਲਾ, ਇਹ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਰਹਿ ਰਿਹਾ ਵਾ। ਉਸਨੇ ਸਾਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ 4 ਤਰੀਕ ਨੂੰ ਰਾਤ ਦੇ ਕਰੀਬ 12:30 3 ਅਣਪਛਾਤੇ ਨੌਜਵਾਨ ਮੋਟਰ ਬਾਈਕ 'ਤੇ ਆਏ ਅਤੇ ਉਹਨਾਂ ਨੇ ਉਹਨਾਂ ਨੂੰ ਇੱਕ ਤਾਂ ਦਾਤਰ ਵਿਖਾਇਆ ਅਤੇ ਉਸਦੇ ਦਾਤਰ ਨਾਲ ਅਟੈਕ ਵੀ ਕੀਤਾ ਅਤੇ ਅਟੈਕ ਕਰਕੇ ਉਸਨੂੰ ਡਰਾ ਕੇ ਉਸ ਕੋਲੋਂ ਉਸਦਾ ਮੋਬਾਈਲ ਫੋਨ ਖੋਹ ਕੇ ਲੈ ਗਏ। ਇਸ ਤੋਂ ਬਾਅਦ ਸਾਡੀ ਮਜੀਠਾ ਰੋਡ ਦੀ ਪੁਲਿਸ ਨੇ ਅਤੇ ਚੌਂਕੀ ਇੰਚਾਰਜ ਫੈਜਪੁਰੇ ਦੀ ਟੀਮ ਨੇ ਲੱਗ ਕੇ 24 ਘੰਟੇ ਦੇ ਅੰਦਰ ਅੰਦਰ ਤਿੰਨੇ ਜੋ ਮੁਜ਼ਲਮ ਸੀਗੇ, ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਪੁਨੀਤ ਸਿੰਘ ਹੈ, ਤਿੰਨਾਂ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਨੇ ਅਤੇ ਉਹਨਾਂ ਕੋਲੋਂ ਜੋ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਅਤੇ ਖੋਹ ਕੀਤਾ ਗਿਆ ਮੋਬਾਈਲ ਫੋਨ ਅਤੇ ਇੱਕ ਜੋ ਕੜੇ ਨਾਲ ਉਹਨਾਂ 'ਤੇ ਅਟੈਕ ਕੀਤਾ ਸੀ, ਇਹ ਤਿੰਨੇ ਚੀਜ਼ਾਂ ਰਿਕਵਰ ਕਰ ਲਈਆਂ ਨੇ ਅਤੇ ਜੋ ਸਵਾਰੀ ਲਈ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਇਹਨਾਂ ਕੋਲੋਂ ਮਿਲਿਆ ਅਤੇ ਤਿੰਨਾਂ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਕੇ ਅੰਦਰ ਭੇਜਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ
ਨਗਰ ਨਿਗਮ ਨੇ ਸ਼ਹਿਰ ਵਿੱਚ ਹਟਾਏ ਨਜਾਇਜ਼ ਕਬਜ਼ੇ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ ₹5 से शुरू। In your city, unlimited fun. Tujhe dekha hua pagal, pagal, body, body, just a bottle, bottle. Passa chane ja, pan meri Yamaha. Let me hit the throttle. Let me make you move. Let me make you move. Come bad boy, baby, banda thoda crack. Yeah, jaan leva, is a mera swag. Yeah, let me make you move. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਨਗਰ ਨਿਗਮ ਵੱਲੋਂ ਅੰਮ੍ਰਿਤਸਰ ਵਿਖੇ ਨਜਾਇਜ਼ ਕਬਜ਼ਿਆਂ ਅਤੇ ਸੜਕਾਂ ਦੇ ਗਲਤ ਢੰਗ ਨਾਲ ਲੱਗੀਆਂ ਰੇਹੜੀਆਂ ਖਿਲਾਫ਼ ਕਾਰਵਾਈ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਇੰਸਪੈਕਟਰ ਰਾਜ ਕੁਮਾਰ ਦੀ ਅਗਵਾਈ ਹੇਠ ਰਾਨੀ ਕਾ ਬਾਗ ਸਮੇਤ ਕਈ ਹੋਰ ਇਲਾਕਿਆਂ ਵਿੱਚ ਨਗਰ ਨਿਗਮ ਦੀ ਟੀਮ ਨੇ ਨਜਾਇਜ਼ ਕਬਜ਼ੇ ਹਟਾਏ ਅਤੇ ਸੜਕਾਂ 'ਤੇ ਲੱਗੀਆਂ ਰੇਹੜੀਆਂ ਖਿਲਾਫ਼ ਕਾਰਵਾਈ ਕੀਤੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ, ਨਹੀਂ ਤਾਂ ਨਗਰ ਨਿਗਮ ਸਖ਼ਤ ਕਾਰਵਾਈ ਕਰੇਗਾ। ਫਿਲਮ ਅਭਿਨੇਤਾ ਗੋਵਿੰਦਾ ਦੀ ਧਰਮ ਪਤਨੀ ਸੁਨੀਤਾ ਆਹੂਜਾ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਦੁਰਗਿਆਨਾ ਤੀਰਥ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਠਾਕੁਰ ਜੀ ਦੀ ਹਾਜ਼ਰੀ ਭਰੀ। ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਅਰੁਣ ਖੰਨਾ, ਰਾਕੇਸ਼ ਸ਼ਰਮਾ ਵੀ ਮੌਜੂਦ ਸਨ। ਆਜ ਮੈਂ ਯਹਾਂ ਪੇ ਆਈ ਹੂੰ ਬਜਰੰਗ ਬਲੀ ਕਾ ਮਾਤ ਪ੍ਰਭੂ ਕਾ ਦਰਸ਼ਨ ਕਰਨੇ। ਫਿਰ ਮੈਨੇ ਯਹਾਂ ਮਾਤਾ ਰਾਨੀ ਕਾ ਦਰਸ਼ਨ ਕੀਆ, ਸ਼ੀਤਲਾ ਮਾਂ ਕਾ ਦਰਸ਼ਨ ਕੀਆ। ਆ ਕੇ ਮੈਂ ਪਹਿਲੀ ਵਾਰ ਆਈ ਹੂੰ, ਮੁਝੇ ਬਹੁਤ ਅੱਛਾ ਲਗਾ ਯਹਾਂ ਦਰਸ਼ਨ ਕਰਕੇ। ਮੈਨੇ ਆਪਣੇ ਬੱਚੋਂ ਕੇ ਲੀਏ, ਗੋਵਿੰਦਾ ਜੀ ਕੇ ਲੀਏ, ਸਹ ਪਰਿਵਾਰ ਕੇ ਲੀਏ ਪੂਜਾ ਪ੍ਰਾਰਥਨਾ ਕੀ, ਤਾਂ ਕਿ ਸਭ ਕਾ ਸਿਹਤ ਅੱਛਾ ਰਹੇ। ਔਰ ਮੇਰਾ ਬੇਟਾ ਵੀ ਹੀਰੋ ਬਣਨੇ ਵਾਲਾ ਹੈ, ਤੋ ਮਾਤਾ ਸੇ ਪ੍ਰਾਰਥਨਾ ਕੀ ਕਿ ਜੈਸੇ ਗੋਵਿੰਦਾ ਨੇ ਝੰਡਾ ਗਾੜ ਦਿਆ ਥਾ, ਵੈਸੇ ਮੇਰਾ ਬੇਟਾ ਵੀ ਝੰਡਾ ਗਾੜ ਦੇ ਔਰ ਟੀਨਾ ਵੀ ਵੈਸੇ ਝੰਡਾ ਗਾੜ ਦੇ। ਭਗਵਾਨ ਵਾਲਮੀਕਿ ਸੰਗਠਨਾਂ ਵੱਲੋਂ ਅੰਮ੍ਰਿਤਸਰ ਏਅਰਪੋਰਟ ਰੋਡ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਬਾ ਪੰਕਜ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਾਲਮੀਕ ਭਾਈਚਾਰੇ ਨਾਲ ਸੰਬੰਧਿਤ ਮਸਲੇ ਨੂੰ
ਜ਼ਿਲ੍ਹਾ ਪ੍ਰਸ਼ਾਸਨ ਫੌਰੀ ਹੱਲ ਕਰੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਵੱਲੋਂ ਮਾਨਯੋਗ SPD ਜਗਰਾਜ ਸਿੰਘ ਜੀ ਵੱਲੋਂ ਜਿਹੜਾ ਸਾਡੇ ਸਮਾਜ ਦੇ ਨੁਮਾਇੰਦਿਆਂ ਨੂੰ ਜਿਹੜਾ ਵਿਸ਼ਵਾਸ ਦਵਾਇਆ ਗਿਆ ਵਾ ਕਿ ਸਾਡੇ ਸਮਾਜ ਦੇ ਜਿੰਨੇ ਵੀ ਕੰਮ ਪੈਂਡਿੰਗ ਪਏ ਸੀ ਉਹ ਸਾਰੇ ਜਲਦ ਤੋਂ ਜਲਦ ਹੱਲ ਕੀਤੇ ਜਾਣਗੇ, ਔਰ ਸਾਨੂੰ ਉਹਨਾਂ 'ਤੇ ਭਰੋਸਾ ਵੀ ਆ ਵੀ ਜਿਹੜੇ ਕੰਮ ਆ ਵੀ ਉਹ ਸਮਾਜ ਦੇ ਉਹ ਨਹੀਂ ਰੁਕਣਗੇ ਔਰ ਜਲਦ ਤੋਂ ਜਲਦ ਹੋਣਗੇ। ਇਹ ਜੀ ਮੰਗ ਪੱਤਰ ਸੀ ਸਾਡਾ ਮੀਰਾਕੋਟ ਚੌਂਕ ਜਾਮ ਕਰਨ ਦਾ, ਜਿਹੜੇ ਪੈਂਡਿੰਗ ਪਏ ਮਸਲੇ ਸੀ ਜ਼ਿਲ੍ਹਾ ਦਿਹਾਤੀ ਦੇ। ਅੱਜ ਸਾਨੂੰ SPD ਸਾਹਿਬ ਜੀ ਵੱਲੋਂ ਇੱਕ ਆਸ਼ਵਾਸਨ ਦਿੱਤਾ ਗਿਆ ਕਿ ਜਿਹੜੇ ਮਸਲੇ ਆ ਜਲਦ ਤੋਂ ਜਲਦ ਹੱਲ ਕੀਤੇ ਜਾਣਗੇ। ਚਾਈਨਾ ਡੋਰ ਘਾਤਕ ਅਤੇ ਖਤਰਨਾਕ ਹੈ, ਇਸ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਲੋਕ ਜ਼ਖਮੀ ਹੋ ਰਹੇ ਹਨ। ਚਾਈਨਾ ਡੋਰ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੇ ਨੌਜਵਾਨਾਂ ਨੇ ਉਪਰਾਲਾ ਕਰਦਿਆਂ 2-ਪਹੀਆ ਵਾਹਨ ਚਾਲਕਾਂ ਨੂੰ ਚਾਈਨਾ ਡੋਰ ਤੋਂ ਬਚਣ ਬਾਰੇ ਦੱਸਿਆ। ਇਹ ਚਾਈਨਾ ਡੋਰ ਨਾ ਬੜੇ ਹਾਦਸੇ ਹੁੰਦੇ ਹਰ ਸਾਲ, ਕਦੀ ਕਿਸੇ ਦਾ ਅੱਖ 'ਤੇ ਫਿਰ ਜਾਂਦੀ, ਕਿਸੇ ਦਾ ਗਲਾ ਕੱਟਿਆ ਜਾਂਦਾ, ਮੌਤਾਂ ਵੀ ਹੋ ਰਹੀਆਂ ਬਹੁਤ ਸਾਰੇ ਲੋਕਾਂ ਦੀਆਂ। ਇਸ ਕਰਕੇ ਅਸੀਂ ਥੋੜ੍ਹਾ ਜਿਹਾ ਦੇਸੀ ਜਿਹਾ ਜੁਗਾੜ ਬਣਾਇਆ ਸੀਗਾ, ਚਲੋ ਟੈਂਪਰੇਰੀ ਸਲਿਊਸ਼ਨ ਕੱਢਿਆ ਜਾਵੇ, ਕਿਉਂਕਿ ਸਰਕਾਰਾਂ ਦਾ ਚਲੋ ਪੁਲਿਸ ਵੀ ਜ਼ੋਰ ਲਾ ਰਹੀ ਹੈ, ਫੜ ਵੀ ਰਹੀ ਆ, ਠੀਕ ਹੈ ਨਾ, ਬਟ ਜਿੰਨਾ ਤੱਕ ਲੋਕ ਅਵੇਅਰ ਨਹੀਂ ਹੋਣਗੇ, ਲੋਕ ਨਹੀਂ ਮਤਲਬ ਹਟਣਗੇ ਯੂਜ਼ ਕਰਨ ਨੂੰ, ਅਤੇ ਉਦੋਂ ਉਹਨਾਂ ਚਿਰ ਤੱਕ ਤਾਂ ਚਲੋ ਟੈਂਪਰੇਰੀ ਸਲਿਊਸ਼ਨ ਕੱਢਿਆ ਅਸੀਂ ਵੀ ਚੱਲ ਲੋਕਾਂ ਦਾ ਬਚਾਅ ਸਰ। ਇਹ ਬਹੁਤ ਹੀ ਵਧੀਆ ਤੁਹਾਨੂੰ ਉਪਰਾਲਾ ਕੀਤਾ ਤੁਹਾਡੀ ਟੀਮ ਨੇ, ਸਲਾਂਘਾ ਜੋ ਉਪਰਾਲਾ ਵਾ ਜਿਹੜੀ ਇਹ ਚਾਈਨਾ ਡੋਰ ਹੈ ਬੜੀ ਹੀ ਖਤਰਨਾਕ ਆ, ਇਹਦੇ ਨਾਲ ਕਈ ਐਕਸੀਡੈਂਟ ਹੋਏ ਆ, ਕਈ ਜਾਨਾਂ ਗਈਆਂ, ਕਈ ਜਾਨਵਰ ਫੱਟਰ ਹੋਏ ਆ। ਇਹ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਜਾਂ ਆਪਣੇ ਭੈਣ ਭਰਾ ਨੂੰ ਬੱਚਿਆਂ ਨੂੰ ਇਹ ਅਪੀਲ ਕਰਦਾ ਵਾਂ ਵੀ ਇਹ ਖਤਰਨਾਕ ਇਹੋ ਜਿਹੀ ਚੀਜ਼ ਨੂੰ ਤੁਸੀਂ ਯੂਜ਼ ਨਾ ਕਰੋ, ਕਿਉਂਕਿ ਜੋ ਸਾਡੇ ਵਾਸਤੇ ਨੁਕਸਾਨ ਹੈ। ਅੰਮ੍ਰਿਤਸਰ ਸਟਰੀਟ ਲਾਈਟ ਟੈਕਨੀਕਲ ਯੂਨੀਅਨ ਦੇ 130 ਮੁਲਾਜ਼ਮ ਜਿਨ੍ਹਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ, ਇਹਨਾਂ ਮੁਲਾਜ਼ਮਾਂ ਨੇ ਮੁੜ ਨੌਕਰੀ 'ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਰਵੀ ਸ਼ੰਕਰ, ਸਾਜਨ ਕੁਮਾਰ, ਹਰਜੀਤ ਸਿੰਘ ਵੀ ਮੌਜੂਦ ਸਨ। ਤਾਂ ਜੀ ਸਾਡੀ ਯੂਨੀਅਨ ਦਾ ਨਾਮ ਸਟਰੀਟ ਲਾਈਟ ਟੈਕਨੀਕਲ ਯੂਨੀਅਨ ਅੰਮ੍ਰਿਤਸਰ ਹੈ। ਅਸੀਂ ਸਟਰੀਟ ਲਾਈਟ ਦੇ ਵਿੱਚ 130 ਮੁਲਾਜ਼ਮ ਕੰਮ ਕਰਦੇ ਸੀ। ਪਿਛਲੇ ਸਤੰਬਰ ਨੂੰ ਸਾਨੂੰ ਕੱਢ ਦਿੱਤਾ ਗਿਆ। ਅਸੀਂ ਆਪਣੇ ਮੇਅਰ ਸਾਹਿਬ, ਕਮਿਸ਼ਨਰ ਸਾਹਿਬ ਕੋਲ ਮੀਟਿੰਗ ਕਰਵਾ ਕੇ, ਕੌਂਸਲ ਸਾਹਿਬ ਦਾ ਸਹਿਯੋਗ ਲੈ ਕੇ, ਆਪਣਾ ਏਜੰਡਾ ਪਵਾ ਕੇ ਇੱਥੋਂ ਪਾਸ ਕਰਵਾ ਕੇ ਚੰਡੀਗੜ੍ਹ ਭੇਜਿਆ ਸੀ। ਚੰਡੀਗੜ੍ਹ ਸਾਡਾ ਮਤਾ ਰਿਜੈਕਟ ਹੋ ਚੁੱਕਿਆ ਹੈ। ਅਸੀਂ ਸਰਕਾਰ ਨੂੰ ਇਹੋ ਉਘਾਰ ਲਾਉਣੇ ਚਾਹੁੰਦੇ ਹਾਂ ਕਿ ਸਾਡੇ ਮਤੇ ਨੂੰ ਪਾਸ ਕਰਕੇ ਸਾਨੂੰ ਨੌਕਰੀ 'ਤੇ ਦੁਬਾਰਾ ਰੱਖਿਆ ਜਾਵੇ। ਮੈਂ ਪੰਜਾਬ ਸਰਕਾਰ ਘਰ ਘਰ ਰੁਜ਼ਗਾਰ ਦੇਣਾ ਚਾਹੁੰਦੀ ਹੈ, ਪਰ ਸਾਨੂੰ ਰੁਜ਼ਗਾਰ ਦੇਣ ਤੋਂ ਮਨ੍ਹਾ ਕਰਤਾ। ਅਸੀਂ ਚੰਗਾ ਭਲਾ 7 ਸਾਲ ਤੋਂ ਕੰਮ ਕਰਦੇ ਪਏ ਸੀ, ਸਾਨੂੰ 7 ਸਾਲ ਹੋ ਚੁੱਕੇ ਕੰਮ ਕਰਦੇ, ਸਾਨੂੰ ਕੰਮ ਹੋਰ ਦੇਣ ਦੀ ਬਜਾਏ ਸਾਨੂੰ ਕੰਮ ਤੋਂ ਬਾਹਰ ਹੀ ਕੱਢਤਾ ਉਹਨਾਂ ਨੇ। ਇਨਰ ਵੀਲ ਕਲੱਬ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ਸਰਕਾਰੀ ਸਕੂਲ ਕਰਮਪੁਰਾ ਤੋਂ ਰੈਲੀ ਕੱਢੀ ਗਈ। ਇਸ ਮੌਕੇ 'ਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ। ਪ੍ਰਧਾਨ ਗੁਰਿੰਦਰਪਾਲ ਕੌਰ, ਪਰਮਜੀਤ ਕੁਮਾਰ, ਉਰਮਿਲਾ ਵੈਦ, ਸ਼ਸ਼ੀ ਅਗਰਵਾਲ, ਜਸਵੀਰ ਸੰਧੂ, ਨਿਰਮਲ ਗੁਪਤਾ ਸਮੇਤ ਸਾਰੇ ਮੈਂਬਰਸ ਮੌਜੂਦ ਸਨ। ਭਗਵਾਨ ਵਾਲਮੀਕਿ ਮੰਦਿਰ ਘਿਓ ਮੰਡੀ ਵਿਖੇ ਦਲਿਤ ਸੁਰੱਖਿਆ ਸੈਨਾ ਦੇ ਰਾਸ਼ਟਰੀ ਚੇਅਰਮੈਨ ਲਵ ਮੱਟੂ ਅਤੇ ਰਾਸ਼ਟਰੀ ਮਹਾਮੰਤਰੀ ਰਾਹੁਲ ਮਲਿਕ ਦੀ ਅਗਵਾਈ ਹੇਠ ਬੈਠਕ ਕੀਤੀ ਗਈ। ਇਸ ਦੌਰਾਨ ਰੋਹਿਤ ਨੂੰ ਵਾਰਡ ਨੰਬਰ 60 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੱਟੂ ਅਤੇ ਮਲਿਕ ਨੇ ਕਿਹਾ ਕਿ ਰੋਹਿਤ ਤੋਂ ਆਸ ਕਰਦੇ ਹਾਂ ਕਿ ਉਹ ਸੰਗਠਨ ਦੀ ਬਿਹਤਰੀ ਲਈ ਜੀ ਤੋੜ ਮਿਹਨਤ ਕਰਨਗੇ। ਇਸ ਮੌਕੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜ਼ਿਲ੍ਹਾ ਚੇਅਰਮੈਨ ਕੁਲਦੀਪ ਸਿੰਘ, ਜ਼ਿਲ੍ਹਾ ਯੂਥ ਚੇਅਰਮੈਨ ਕਰਨ ਕੰਨਾ, ਸ਼ਹਿਰੀ ਚੇਅਰਮੈਨ ਰਿਸ਼ਭ ਲੂਥਰਾ ਸਮੇਤ ਸੰਗਠਨ ਦੇ ਸਮੂਹ ਮੈਂਬਰਸ ਮੌਜੂਦ ਸਨ। ਅੱਜ ਰੋਹਿਤ ਕੁਮਾਰ ਜੀ ਨੂੰ ਜਿਹੜਾ ਦਲਿਤ ਸੁਰੱਖਿਆ ਸੈਨਾ DSS ਭਾਰਤ ਵਾਰਡ ਨੰਬਰ 60 ਅੰਮ੍ਰਿਤਸਰ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ, ਅਸੀਂ ਵਿਸ਼ਵਾਸ ਰੱਖਦੇ ਹਾਂ ਵੀ ਜਿਹੜਾ ਰੋਹਿਤ ਜੀ ਹੈ ਪੂਰੇ ਤਨ ਮਨ ਦੇ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨਗੇ, ਅਤੇ ਡਾਕਟਰ BR ਅੰਬੇਡਕਰ ਜੀ ਅਤੇ
ਸਮਾਜ ਦੇ ਜਿਹੜੇ ਵੀ ਲੋਕਾਂ ਦੇ ਕੰਮ ਘਰ ਘਰ ਤੱਕ ਪਹੁੰਚਾਉਣਗੇ। ਅਤੇ ਆਸ ਰੱਖਦੇ ਆ ਰੋਹਿਤ ਜੀ ਦੇ ਅੱਗੇ ਕਿ ਇਹ ਤਨੋ ਮਨੋ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਗੇ ਅਤੇ ਸਮਾਜ ਦੀ ਸੇਵਾ ਦੇ ਲਈ ਅੱਗੇ ਵੱਧ ਕੇ ਕੰਮ ਕਰਨਗੇ। ਮੈਂ ਦਿਨ ਰਾਤ ਆਪਣਾ ਜਿੰਨਾ ਵੀ ਪੂਰੀ ਮਿਹਨਤ ਲਾ ਕੇ ਪੂਰਾ ਕੰਮ ਕਰਾਂਗਾ, ਜਿਹੜਾ ਵੀ ਲਗਨ ਕਰਾਂਗਾ, 24 ਘੰਟੇ ਜਿਸ ਟਾਈਮ ਫੋਨ ਕਰਿਆ ਉਸ ਟਾਈਮ ਆਪਾਂ ਹਾਜ਼ਰ ਹੋਵਾਂਗੇ। ਵਿਰਸਾ ਸੰਭਾਲ ਮੰਚ ਦੇ ਪ੍ਰਾਂਤ ਸੰਯੋਜਕ ਰਾਮ ਕੁਮਾਰ ਵਿਆਸ, ਮੰਦਿਰ ਰਾਮ ਬਾਲਾਜੀ ਧਾਮ ਕਾਲੇ ਕਾਨੂਪੁਰ ਆਏ ਤਾਂ ਅਸ਼ਨੀਲ ਜੀ ਮਹਾਰਾਜ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਮੰਦਿਰ ਮਾਤਾ ਆਰਤੀ ਦੇਵਾ ਜੀ ਕਰਤਾਰ ਨਗਰ ਛਿਆਟਾ ਵਿਖੇ ਮਾਤਾ ਆਰਤੀ ਦੇਵਾ ਜੀ ਦੇ ਸਾਨਿਧਿਆ ਵਿੱਚ ਗਣੇਸ਼ ਚਤੁਰਥੀ ਸੰਕਟ ਚੌਥ ਵਰਤ ਦੀ ਕਥਾ ਸੁਣਾਈ ਗਈ ਅਤੇ ਪੂਜਨ ਵੀ ਹੋਇਆ। ਕਈ ਲੋਕਾਂ ਨੇ ਹਾਜ਼ਰੀ ਭਰੀ। ਜੋ ਕਵੀ ਤੋਂ ਲੋਹੜੀ ਕੇ ਪਹਿਲਾ ਵੀ ਆ ਜਾਤਾ ਹੈ, ਲੋਹੜੀ ਕੇ ਬਾਅਦ ਵੀ ਆ ਜਾਤਾ ਹੈ, ਜੋ 13 ਤਰੀਕ ਦੀ ਲੋਹੜੀ ਹੈ, ਤੋ ਜੇ ਸੰਕਟ ਚੌਕਾ ਵਰਤ ਬੱਚੋਂ ਕੇ ਲੀਏ ਹੋਤਾ ਹੈ, ਤਿਲ ਔਰ ਗੁੜ ਕਾ ਜਿਸਕੋ ਭੋਗਾ ਕਹਤੇ ਹੈ ਉਸਕਾ ਹੀ ਭੋਗ ਲਗਾਇਆ ਜਾਤਾ ਹੈ। ਦਾ ਅੰਮ੍ਰਿਤਸਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਦਾਰ ਬੂਬ ਦੀ ਅਗਵਾਈ ਹੇ ਟਰਾਂਸਪੋਰਟ ਨਗਰ ਜਹਾਜ਼ਗੜ੍ਹ ਵਿਖੇ ਨਵੇਂ ਸਾਲ ਦੀ ਆਮਦ ਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸ਼ਿਵ ਸੈਨਾ ਰਾਸ਼ਟਰੀ ਪਗਵਾਂ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਾਜੇਸ਼ ਪੁਰੀ, ਅਮਨ ਸ਼ਰਮਾ, ਮੁਕੇਸ਼ ਬੋਰਾ, ਵਿਸ਼ਾਲ ਪਾਰਿਕ, ਰੇਸ਼ਮ ਸਿੰਘ, ਦੀਪਕ ਸ਼ਰਮਾ, ਚੰਦਰ ਪ੍ਰਕਾਸ਼ ਸਮੇਤ ਸਮੂਹ ਐਸੋਸੀਏਸ਼ਨ ਦੇ ਮੈਂਬਰਸ ਮੌਜੂਦ ਸਨ। ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਭੂਸ਼ਨਪੁਰਾ ਹੈੱਡ ਆਫਿਸ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪਾਵਨ ਪਵਿੱਤਰ ਉਤਸਵ ਮਨਾਉਣ ਦੇ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਹਕੂਮਤ ਰਾਏ, ਪ੍ਰਧਾਨ ਨਰਿੰਦਰ ਸਿੰਘ ਥਾਪਾ, ਸੁਭਾਸ਼ ਚੰਦਰ ਅਮਰੋਹੀ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ 5 ਫਰਵਰੀ ਦਿਨ ਰਵੀਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ, ਜਿਸ ਸੰਬੰਧੀ 4 ਫਰਵਰੀ ਦਿਨ ਸ਼ਨੀਵਾਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਮੰਦਿਰ ਵਿਖੇ ਆ ਕੇ ਸੰਪੰਨ ਹੋਏਗਾ। ਇਸ ਸੰਬੰਧੀ ਮੰਦਿਰ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਨੂੰ ਇਹਨਾਂ ਸਮਾਗਮਾਂ ਵਿੱਚ ਭਾਗ ਲੈ ਕੇ ਪੁੰਨ ਦੇ ਭਾਗੀ ਬਣਨ ਦੀ ਗੱਲ ਆਖੀ ਗਈ। ਇਸ ਮੌਕੇ ਰਵੀ ਸ਼ੰਕਰ, ਦਰਸ਼ਨ ਲਾਲ ਜਸਵਾਲ, ਅਮਰਜੀਤ ਸ਼ਾਹੀ, ਕੀਮਤੀ ਪੱਲੇਵਾਲ, ਮਾਸਟਰ ਰਾਮ ਲਾਲ, ਬਨਾਰਸੀ ਲਾਲ ਕਟਾਰੀਆ ਸਮੇਤ ਵੱਡੀ ਗਿਣਤੀ ਵਿੱਚ ਮੰਦਿਰ ਕਮੇਟੀ ਦੇ ਮੈਂਬਰਸ ਮੌਜੂਦ ਸਨ। ਗੁਰੂ ਮਹਾਰਾਜ ਦੇ 646ਵੇਂ ਜਨਮ ਦਿਹਾੜਾ ਜਿਹੜਾ ਕਿ 4 ਔਰ 5 ਫਰਵਰੀ ਨੂੰ ਮਨਾਇਆ ਜਾਏਗਾ, ਉਸ ਬਾਰੇ ਮੀਟਿੰਗ ਕੀਤੀ ਗਈ ਹੈ ਅਤੇ ਸਾਰੇ ਹੀ ਮੈਂਬਰਾਂ ਦੇ ਸੁਭਾਵਾਂ ਦੇ ਸਹਿਯੋਗ ਨਾਲ ਇਹ ਫੈਸਲਾ ਕੀਤਾ ਗਿਆ। ਅਸੀਂ ਆਪਣਾ ਜਿਹੜਾ ਨਗਰ ਕੀਰਤਨ ਹੈ 4 ਫਰਵਰੀ ਨੂੰ ਦੁਪਹਿਰੇ 1 ਵਜੇ ਸ਼ੁਰੂ ਕਰਾਂਗੇ ਹੈੱਡ ਆਫਿਸ ਤੋਂ। ਸ਼੍ਰੀ ਗੁਰੂ ਰਵਿਦਾਸ ਦੇ 646ਵੇਂ ਜਨਮ ਦਿਨ ਮਨਾਉਣ ਦੇ ਬਾਰੇ ਜਨਰਲ ਮੀਟਿੰਗ ਕੀਤੀ ਗਈ ਕਿ ਇਸ ਸਾਲ ਨਗਰ ਕੀਰਤਨ 1 ਵਜੇ ਸ਼ੁਰੂ ਹੋਏਗਾ। ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਭੂਸ਼ਨਪੁਰਾ ਵਿਖੇ ਇੱਕ ਮੀਟਿੰਗ ਹੋਈ ਹੈ, ਜਿਹਦੇ ਵਿੱਚ ਅੱਜ ਦਾ ਜਿਹੜਾ ਮਤਾ ਰੱਖਿਆ ਗਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਜਨਮ ਦਿਹਾੜੇ ਨੂੰ ਮਨਾਉਣ ਸੰਬੰਧੀ 4 ਜਨਵਰੀ ਤੋਂ 11 ਜਨਵਰੀ ਤੱਕ ਰੋਜ਼ਾਨਾ ਸ਼ਾਮ 3 ਤੋਂ 6 ਵਜੇ ਤੱਕ ਪ੍ਰਾਚੀਨ ਠਾਕੁਰ ਦੁਆਰਾ ਸ਼੍ਰੀ ਰਾਮ ਮੰਦਿਰ ਬਾਜ਼ਾਰ ਗੰਡਾਵਾਲਾ ਮਜੀਠ ਮੰਡੀ ਵਿਖੇ ਸ਼੍ਰੀ ਮੱਧ ਭਾਗਵਤ ਕਥਾ ਕੀਤੀ ਜਾ ਰਹੀ ਹੈ। ਤਭੀ ਸੰਸਕ੍ਰਿਤੀ ਕੋ ਬਚਾ ਸਕਤੇ ਹੋ, ਔਰ ਯਦਿ ਸੰਸਕਾਰ ਖਤਮ ਹੋ ਗਏ ਤੋ ਸੰਸਕ੍ਰਿਤੀ ਵੀ ਖਤਮ ਹੋ ਜਾਣੀ ਹੈ। ਪਿਆਰੇ ਬੋਲੋ ਰਾਮ ਰਾਮ।
ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਲੋਕ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ, ਆਖਿਆ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ। ਬਟਾਲਾ ਵਿਖੇ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ। ਇਹ ਸਨ ਅੱਜ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।